ਠੀਕ ਹੈ ਜਾਫਰੀ, ਇਹ ਟਾਈਮ ਇਸਲਾਮ ਦਾ ਦੱਸਣਾ ਚਾਹੀਦਾ ਜੀ, ਫਿਕਰ ਦਾ ਕਿਉਂ? ਵੈਸੇ ਤਾਂ ਸਨ ਗੌਰਮੈਂਟਾਂ ਦੀ ਇਹ ਅਕਲ ਮੌਲਵੀ ਕਦੀ ਹੱਥ ਥੋੜ੍ਹਾ ਰੱਖਣ, ਉਮਤ ਪੜ੍ਹਨ ਫਿਰਕਾ ਨਾ ਪੜ੍ਹਨ। ਅਸੀਂ ਉਮਤ ਪੜ੍ਹਨੇ ਹਾਂ, ਤੁਸੀਂ ਵੀ ਟਾਈਮ ਉਮਤ ਦਾ ਦੱਸੋ ਨਾ, ਫਿਰਕੇ ਦਾ ਨਾ ਦੱਸੋ। ਤੁਸੀਂ ਟੀ ਵੀ 'ਤੇ ਲਾਉਣ ਸ਼ੁਰੂ ਕਰ ਦਿੰਦੇ ਹੋ ਫਿਕਾ ਹਨਫੀਆ ਰੋਜ਼ਾ ਖੋਲੋ, ਫਿਕਾ ਜਾਫਰੀਆ ਜੇ ਨਾ ਖੋਲੋ, ਬਈ ਇਸਲਾਮ ਦਾ ਟਾਈਮ ਦੱਸੋ। ਡਿਵੀਜ਼ਨ ਕੀ ਹੈ, ਕਿਹੜੇ ਡਿਵੀਜ਼ਨ ਹੈ? ਇਸ ਡਿਵੀਜ਼ਨ ਬਾਵਲਪੁਰ ਹੈ। ਮਸਲਨ ਐਲਾਨ ਹੋਵੇ ਕਿ ਬਾਵਲਪੁਰ ਡਿਵੀਜ਼ਨ ਵਾਲੇ ਮੁਸਲਮਾਨ ਇਹ ਟਾਈਮ ਸਹਿਰੀ, ਇਹ ਟਾਈਮ ਅਫਤਾਰੀ, ਅੱਲਾ ਅੱਲਾ ਕਰ ਸਕਦੇ। ਤੁਸੀਂ ਜਨਾਬ ਫਿਕੇ ਹਨਫੀ ਖੋਲੋ, ਫਿਕੇ ਜਾਫਰੀ ਨਾ, ਮਿਹਰਬਾਨੀ ਕਰੋ ਤੁਸੀਂ ਇਸਲਾਮ ਦਾ ਟਾਈਮ ਦੱਸੋ। ਫਿਰਕੇ ਦਾ ਕਿਉਂ ਦੱਸਦੇ ਹੋ, ਫਿਕਾ ਦਾ ਕਿਉਂ? ਇਹਦਾ ਮਤਲਬ ਹੈ ਉਹ ਕਾਮੇ ਬਾਲਾਂ ਨੂੰ ਅਸੈਂਬਲੀ 'ਚ ਬੈਠ ਕੇ ਪਤਾ ਹੈ, ਕਲਮਾ ਸਾਰਿਆਂ ਨਬੀ ਦਾ ਪੜ੍ਹਦੇ ਨੇ, ਇਹਨਾਂ ਰੱਖਣਾ ਵੀ ਇਮਾਮ ਦੇ ਆਖੇ, ਖੋਲਣਾ ਵੀ ਇਮਾਮ ਦਾ। ਇਹ ਵਜ੍ਹਾ ਹੈ ਅੱਲਾ ਸਨ ਨਬੀ ਪਿੱਛੇ ਨਹੀਂ ਉਠਾ। ਬਹੁਤ ਸ਼ੁਕਰੀਆ। ਮਜਲਿਸ ਹੁਸੈਨ ਕੁਝ ਲੈਣ ਦਾ ਨਾਂ ਹੈ, ਮਜਲਿਸ ਸ਼ਬੀਰ ਕੁਝ ਲੈ ਕੇ ਜਾਣ ਦਾ ਨਾਂ। ਅੱਛਾ, ਥੋੜ੍ਹੀ ਮੁਸ਼ਕਲ ਸਾਡੇ ਵਾਸਤੇ ਹੋਈ ਹੈ ਰਮਜ਼ਾਨ ਸ਼ਰੀਫ ਇਸ਼ੀਆਂ ਵਾਸਤੇ, ਜਿੱਥੇ ਜੀ ਬਹੁਤਰ ਮੈਨੂੰ ਕੋਈ ਪਤਾ ਨਹੀਂ, ਮੈਨੂੰ ਬਾਹਰ ਮਿਲਣਾ, ਮੈਨੂੰ ਤਾਂ ਡੈਰੀ ਯਾਦ ਹੀ ਨਹੀਂ। ਬਾਦਸ਼ਾਹੀ ਕਰਦੇ ਹੋ ਸਟੇਟ ਸੈਕਟਰੀ ਹੋ ਕੇ, ਅਤੇ ਬੜੇ ਹੀ ਸੈਂਸੇਬਲ ਹੋਣਾ ਚਾਹੀਦਾ ਬੰਦਾ। ਜ਼ਾਕਰ ਦੀ ਤਸਵੀ ਹੁੰਦੀ ਹੈ, ਜਿਸ ਵੇਲੇ ਟੁੱਟਦੀ ਹੈ ਦਾਣੇ ਬਿਖਰ ਜਾਂਦੇ। ਤੁਹਾਡੀ ਡਿਊਟੀ ਐਲਾਨ ਕਰਨ, ਅਗਰ ਮੈਂ ਲਿਖੀ ਮੈਂ ਪੜ੍ਹਾਂਗਾ, ਮੈਨੂੰ ਕੋਈ ਯਾਦ ਨਹੀਂ, ਮੈਂ ਜਿਹੜੀ ਲਿਖਣਾ ਉਹ ਮੈਂ ਪੜ੍ਹਨਾ। ਮੈਂਬਰ 'ਤੇ ਮੈਂ ਕਿਉਂ ਆਈਏ, ਮੈਂ ਐਲਾਨ ਕਰਦਾ, ਮੈਨੂੰ ਤਾਂ ਯਾਦ ਹੀ ਕੋਈ ਨਹੀਂ। ਪਲੀਜ਼ ਇਤਿਆਦ ਕੀਤੀ ਜਾਏ, ਇਹ ਮੈਂਬਰ ਰਸੂਲ ਆਮ ਜਗ੍ਹਾ 'ਤੇ ਹੈ ਹੀ ਨਹੀਂ। ਕਿੱਥੇ ਪਹੁੰਚਿਆ ਜੀ? ਉਹ ਟੀਚਰ ਬਹੁਤ ਮੁਤਮਿਨ ਹੁੰਦਾ ਜਿਹਦੀ ਕਲਾਸ ਤਵੱਜੋ ਨਾਲ ਲੈਕਚਰ ਸੁਣ।